लब लो, चाहे अल्लाह हू कह के लब लो। शब्द दृष्टमान जिहड़ा है इहनू गुरमंत्र कहिंदे ने। आपां नूं ऑलरेडी गुरमंत्र मिलिया है, वह वाहेगुरू गुरमंत्र, ते आपां वाहेगुरू दा सिमरन करके लब लैना। गुरबाणी दे विच गुरु रामदास महाराज जी कहिंदे ने, कहिंदे राम राम बोल बोल खोजते वडभागी। ਵਾਹਿਗੁਰੂ ਵਾਹਿਗੁਰੂ ਬੋਲ ਕੇ, ਰਾਮ ਰਾਮ ਬੋਲ ਕੇ ਤੁਸੀਂ ਉਸ ਨੂੰ ਖੋਜਣਾ ਹੈ ਅਤੇ ਵੱਡੇ ਭਾਗਾਂ ਵਾਲੇ ਬਣਨਾ। ਜਿੱਦਣ ਤੁਸੀਂ ਉਸ ਨੂੰ ਖੋਜ ਲਿਆ, ਉਸ ਨੂੰ ਦੇਖ ਲਿਆ, ਉਸ ਨੂੰ ਲੱਭ ਲਿਆ, ਸਮਝ ਲਓ ਜਿਹੜਾ ਸਾਡਾ ਮਨ ਹੈ ਉਹਨੇ ਖੇਡ ਜਿੱਤ ਲਿਆ। ਅਤੇ ਜੇ ਅਸੀਂ ਖੋਜਿਆ ਨਾ ਉਹਨੂੰ, ਦੇਖਿਆ ਨਾ ਉਹਨੂੰ ਕਰਤਾ ਪੁਰਖ ਨੂੰ, ਦੁਨੀਆ ਬਣਾਉਣ ਵਾਲੇ ਨੂੰ, ਜਿਹਨੇ ਚੰਦ ਸੂਰਜ ਧਰਤੀ ਆਕਾਸ਼ ਪਤਾਲ ਬਣਾਏ, ਜਿਹਨੇ ਸਾਡੇ ਸਰੀਰ ਬਣਾਏ, ਜਿਹਨੇ ਅੱਖਾਂ ਬਣਾਈਆਂ, ਨੱਕ ਬਣਾਇਆ, ਕਿੰਨਾ ਸੋਹਣਾ ਢਾਂਚਾ ਬਣਾਇਆ, ਉਹਨੂੰ ਖੋਜਣਾ ਜਿਹਨੇ ਦੁਨੀਆ ਬਣਾਈ ਹੈ। ਦੁਨੀਆ ਕਿਸੇ ਬੰਦੇ ਨੇ ਨਹੀਂ ਬਣਾਈ, ਕਿਸੇ ਇਨਸਾਨ ਨੇ ਨਹੀਂ ਬਣਾਈ, ਉਹ ਨਿਰੰਕਾਰ ਨੇ ਬਣਾਈ ਹੈ, ਜਿਹਦਾ ਕੋਈ ਰੂਪ ਰੰਗ ਨਹੀਂ ਹੈ, ਰੇਖ ਭੇਖ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰੈ ਗੁਣ ਤੇ ਪ੍ਰਭ ਭਿੰਨ, ਕਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਆਹ ਹੁਣ ਆਪਾਂ ਉਸ ਮਾਲਕ ਦਾ ਭੇਦ ਲਈਏ ਵੀ ਮਾਲਕ ਹੈ ਕਿਹੋ ਜਿਹਾ। ਉਹ ਫਿਰ ਦੱਸ ਰਹੇ ਨੇ, ਕਹਿੰਦੇ ਉਹ ਨਿਰੰਕਾਰ ਹੈ। ਉਹ ਕੀ ਹੈ ਜੀ? ਨਿਰਾਕਾਰ, ਜੁੱਤ ਦੁਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਨਿਰੰਕਾਰ ਹੈ ਅਤੇ ਜੋ ਦੁਨੀਆਂ ਦੇ ਉੱਤੇ ਦਿਸਦਾ ਹੈ, ਚਾਹੇ ਆ ਸਾਡਾ ਚੰਮ ਦਾ ਸਰੀਰ ਦਿਸਦਾ ਹੈ, ਚਾਹੇ ਕਈ ਸੂਖਮ ਆਕਾਰ ਦਿਸਦੇ ਨੇ ਜਿਨ੍ਹਾਂ ਨੂੰ ਰੂਹਾਂ ਕਹਿ ਦਿੰਦੇ ਹਾਂ, ਉਹ ਦਿਸਦੀਆਂ ਨੇ, ਕਈਆਂ ਦਾ ਮਨ ਪਾਰਦਰਸ਼ੀ ਹੋ ਜਾਂਦਾ। ਜੋ ਉਹਦੇ ਤੋਂ ਪੈਦਾ ਹੋਇਆ ਹੈ ਉਹ ਸਾਰਾ ਆਕਾਰ ਹੈ। ਉਹ ਕੀ ਹੈ ਜੀ? ਆਕਾਰ। ਇੱਕ ਮਾਲਕ ਨਿਰੰਕਾਰ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ। ਇੱਕ ਮਾਲਕ ਦੇ ਮੁੱਖ ਦੀ ਆਵਾਜ਼ ਹੈ, ਸਾਊਂਡ, ਧੁਨੀ, ਜਿਹਨੂੰ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ। ਉਸ ਸਹਿਜ ਧੁਨ ਬਾਣੀ ਦਾ ਵੀ ਕੋਈ ਰੂਪ ਰੰਗ ਨਹੀਂ ਹੈ, ਔਰ ਜਿਸਨੇ ਉਸਨੂੰ ਮਿਲਣਾ ਹੈ ਮਨ ਨੇ, ਮਨ ਦਾ ਵੀ ਕੋਈ ਰੂਪ ਰੰਗ ਨਹੀਂ ਹੈ। ਹੁਣ ਮਨ ਨੇ ਮਿਲਣਾ ਹੈ, ਮਨ ਉਹੋ ਜਿਹਾ ਹੀ ਹੋਊ ਜਿਹੋ ਜਿਹਾ ਮਨ ਦਾ ਮਾਤਾ ਪਿਤਾ ਹੋਏਗਾ। ਮਨ ਦਾ ਮਾਤਾ ਪਿਤਾ ਨਿਰੰਕਾਰ ਹੈ, ਜਿਸ ਨੂੰ ਆਪਾਂ ਸੱਚ ਕਹਿੰਦੇ ਹਾਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਫਿਰ ਅੱਗੇ ਬਾਣੀ ਪੜ੍ਹਦੇ ਹਾਂ, ਸੱਚ ਸਭਨਾ ਕਾ ਖਸਮ ਹੈ। ਖਸਮ ਮੀਨਸ ਮਾਲਕ। ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਜਨ ਕਹਿੰਦੇ ਆ ਮਨ ਨੂੰ, ਜਿਸ ਮਨ ਨੂੰ ਉਹ ਬਖਸ਼ਿਸ਼ ਕਰਦਾ ਹੈ, ਉਹ ਮਨ, ਉਹ ਜਨ ਉਹਨੂੰ ਮਿਲ ਲੈਂਦਾ ਹੈ। ਆਪਾਂ ਵੀ ਮਿਲਣਾ ਚਾਹੁੰਦੇ ਹਾਂ, ਸਮਾਂ ਕੱਢ ਕੇ ਆਏ ਹਾਂ, ਸੌਖਾ ਕਰਕੇ ਭੇਦ ਲਈਏ ਉਸ ਮਾਲਕ ਦਾ। ਹੁਣ ਜਿਸ ਤਰ੍ਹਾਂ ਦਾ ਮਾਤਾ ਪਿਤਾ ਹੈ, ਬੱਚਾ ਵੀ ਉਹੋ ਜਿਹਾ ਹੀ ਹੋਏਗਾ। ਆਪਾਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਅਤੇ ਭਗਤ ਜਨ ਹਾਜ਼ਰ ਬੈਠੇ ਨੇ ਔਰ ਬੋਲ ਕੇ ਦੱਸ ਰਹੇ ਨੇ, ਆਪਾਂ ਪੁੱਛਣ ਵਾਲੇ ਬਣੀਏ, ਉਹ ਓਨਾ ਕੀ ਦੱਸਦੇ ਨੇ ਜਿੰਨਾ ਕੁ ਆਪਾਂ ਪੁੱਛਦੇ ਹਾਂ। ਆਪਾਂ ਪੁੱਛਿਆ, ਸੱਚੇ ਪਾਤਸ਼ਾਹ, ਜੋ ਸਾਡੇ ਮਨ ਦਾ ਮਾਤਾ ਪਿਤਾ ਹੈ ਉਹ ਕਿਸ ਤਰ੍ਹਾਂ ਦਾ ਹੈ? ਰੱਬ ਕਿਸ ਤਰ੍ਹਾਂ ਦਾ ਹੈ? ਫਿਰ ਗੁਰਬਾਣੀ 'ਚ ਦੱਸਿਆ ਕਿਸ ਤਰ੍ਹਾਂ ਦਾ ਹੈ। ਕੀ ਕਹਿੰਦੇ ਮਹਾਰਾਜ? ਕਹਿੰਦੇ ਸੋ ਤੁਮ ਹੀ ਮੈਂ ਬਸੇ ਨਿਰੰਤਰ, ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਣ ਨਿਆਈ। ਦਰਪਣ ਕਹਿੰਦੇ ਸ਼ੀਸ਼ੇ ਨੂੰ, ਸ਼ੀਸ਼ੇ ਦੀ ਨਿਆਈ। ਕਿਹੜਾ ਸ਼ੀਸ਼ਾ ਦਰਪਣ ਹੁੰਦਾ ਹੈ? ਸ਼ੀਸ਼ਾ ਦੋ ਤਰ੍ਹਾਂ ਦਾ ਹੁੰਦਾ। ਇੱਕ ਸ਼ੀਸ਼ਾ ਹੁੰਦਾ ਆਰਸੀ, ਆਰਸੀ ਸ਼ੀਸ਼ਾ ਉਹ ਹੁੰਦਾ ਜਿਹਦੇ ਵਿੱਚ ਆਪਾਂ ਨਹਾਉਣ ਤੋਂ ਬਾਅਦ ਤਿਆਰ ਹੁੰਦੇ, ਆਪਦਾ ਮੁੱਖ ਦੇਖਦੇ ਹਾਂ ਵੀ ਮੁੱਖ ਸਾਫ਼ ਹੈ, ਚੁੰਨੀ ਠੀਕ ਲਈ ਹੈ, ਪੱਗ ਸੋਹਣੀ ਬੰਨੀ ਹੈ, ਵਾਲ ਚੰਗੀ ਤਰ੍ਹਾਂ ਵਾਹੇ ਨੇ, ਇਹ ਦੇਖਦੇ ਹਾਂ। ਉਹ ਜਿਹੜਾ ਸ਼ੀਸ਼ਾ ਹੈ ਉਹ ਆਰਸੀ ਹੁੰਦਾ ਹੈ, ਲੇਕਿਨ ਜੋ ਮਾਲਕ ਹੈ ਸ਼ੀਸ਼ੇ ਵਰਗਾ ਨਿਰਾਕਾਰ, ਉਹ ਦਰਪਣ ਹੈ। ਦਰਪਣ ਸ਼ੀਸ਼ਾ ਕਿਹੜਾ ਹੁੰਦਾ? ਆਰਸੀ ਦੇ ਮਗਰ ਪੇਂਟ ਮਾਰਿਆ ਹੁੰਦਾ, ਤਾਂ ਹੀ ਆਪਾਂ ਨੂੰ ਆਪਣਾ ਚਿਹਰਾ ਦਿਸਦਾ। ਇੱਕ ਸ਼ੀਸ਼ਾ ਉਹ ਆ ਜਿਹਦੇ ਵਿੱਚ ਚਿਹਰਾ ਨਹੀਂ ਦਿਸਦਾ, ਆਰ ਪਾਰ ਗਾਂਹ ਦਿਸਦਾ, ਜਿਵੇਂ ਗੱਡੀ ਦਾ ਸਟੇਅਰਿੰਗ 'ਤੇ ਆਪਾਂ ਬੈਠਦੇ ਹਾਂ, ਅਗਲੇ ਇੱਕ ਸ਼ੀਸ਼ਾ ਲੱਗਿਆ ਅਗਲੇ ਪਾਸੇ, ਹਾਂਜੀ, ਉਹ ਸ਼ੀਸ਼ੇ ਦੇ ਅੱਗੇ ਦੁਨੀਆ ਆਉਂਦੀ ਜਾਂਦੀ ਦੇਖਦੇ ਹਾਂ ਆਪਾਂ। ਉਹ ਸ਼ੀਸ਼ੇ ਨੂੰ ਕਦੀ ਨਹੀਂ ਦੇਖਿਆ ਆਪਾਂ, ਸਵੇਰੇ ਇੱਕ ਵਾਰੀ ਦੇਖਦੇ ਹਾਂ ਜਦੋਂ ਕੱਪੜਾ ਮਾਰਦੇ ਹਾਂ, ਉਸ ਤੋਂ ਬਾਅਦ ਉਹ ਸ਼ੀਸ਼ੇ ਨੂੰ ਭੁੱਲ ਜਾਂਦੇ ਹਾਂ। ਕੀ ਦੇਖਦੇ ਹਾਂ? ਅੱਗੇ ਆਕਾਰ ਦੇਖਦੇ ਹਾਂ, ਗੱਡੀ ਕਿਹੜੀ ਆ ਰਹੀ ਹੈ, ਮੋਟਰਸਾਈਕਲ ਆ ਰਿਹਾ, ਕੌਣ ਲੰਘ ਗਿਆ, ਰਾਹ ਦੇਣਾ ਹੈ, ਅੱਗੋਂ ਰਾਹ ਦੇਣਾ ਹੈ, ਉਹਨਾਂ ਲੋਕਾਂ ਨੂੰ ਦੇਖਦੇ ਹਾਂ, ਆਕਾਰਾਂ ਨੂੰ। ਕਦੀ ਇੱਥੇ ਉਸ ਦਰਪਣ ਦੀ ਨਿਆਈ ਪ੍ਰਕਾਸ਼ ਦੇਖਿਆ? ਪਹਿਲਾਂ ਉਹ ਦਰਪਣ ਦਿਸਦਾ, ਪ੍ਰਕਾਸ਼ ਦਿਸਦਾ, ਫਿਰ ਅੱਗੇ ਦੁਨੀਆਦਾਰੀ ਦਿਸਦੀ ਹੈ। ਹੁਣ ਉਹ ਅਸੀਂ ਭੁੱਲ ਗਏ, ਲੇਕਿਨ ਦੁਨੀਆਦਾਰੀ ਦੇਖ ਰਹੇ ਹਾਂ,
ਕਿਸੇ ਦਾ ਸਰੀਰ ਦੇਖਦੇ ਹਾਂ, ਪਰਾਇਆ ਤਨ, ਕਿਸੇ ਦਾ ਪਰਾਇਆ ਧਨ ਦੇਖਦੇ ਹਾਂ। ਲੇਕਿਨ ਗੁਰਮੁਖ ਪਿਆਰਿਓ, ਇਹ ਜੋ ਦੇਖਦੇ ਹਾਂ ਸੰਸਾਰ, ਜੋ ਦਿਸਦਾ ਹੈ, ਜੋ ਪਕੜ ਵਿੱਚ ਆਉਂਦਾ, ਕੈਚ ਵਿੱਚ ਆਉਂਦਾ, ਆਹ ਮੇਰਾ ਸਰੀਰ ਪਕੜ ਵਿੱਚ ਆ ਰਿਹਾ, ਇਹ ਝੂਠ ਹੈ। ਇਹ ਕੱਪੜਾ ਪਕੜ 'ਚ ਆ ਰਿਹਾ, ਫੜਨ ਵਿੱਚ ਆ ਰਿਹਾ, ਇਹ ਝੂਠ ਹੈ। ਧੀਆਂ ਪੁੱਤ, ਭੈਣ ਭਰਾ, ਮਾਂ ਪਿਓ, ਰਿਸ਼ਤੇਦਾਰ, ਦੋਸਤ ਮਿੱਤਰ, ਸਾਰੇ ਪਕੜ ਵਿੱਚ ਆ ਰਹੇ ਨੇ। ਜੋ ਸਰੀਰ ਦੀਆਂ ਸਹੂਲਤਾਂ ਨੇ, ਆਹ ਵੀ ਪਕੜ ਵਿੱਚ ਆ ਰਿਹਾ, ਆਹ ਵੀ ਪਕੜ ਵਿੱਚ ਆ ਰਿਹਾ, ਰੋਟੀ ਸਾਰਾ ਪਕੜ ਵਿੱਚ ਆ ਰਿਹਾ, ਇਹ ਸਾਰਾ ਝੂਠ ਹੈ। ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ? ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਆਪਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ, ਅਸੀਂ ਤਾਂ ਸ਼ੁਰੂ ਤੋਂ ਜਗ ਰਚਨਾ ਨਾਲ ਪਿਆਰ ਪਾਇਆ ਹੋਇਆ। ਉਹ ਕਹਿੰਦੇ ਇਹਦੇ ਵਿੱਚ ਰਹੋ, ਇੱਕ ਦੂਸਰੇ ਨਾਲ ਪਿਆਰ ਨਾਲ ਰਹੋ। ਜੇ ਕੋਈ ਤੁਹਾਨੂੰ ਤੁਹਾਡੇ ਤੋਂ ਵੱਡੀ ਉਮਰ ਦਾ ਮਿਲਦਾ, ਉਹਨੂੰ ਰਿਸਪੈਕਟ ਦਿਓ, ਉਹਨੂੰ ਸਤਿਕਾਰ ਦਿਓ। ਜੇ ਤੁਹਾਡੇ ਨਾਲੋਂ ਤੁਹਾਡੀ ਛੋਟੀ ਉਮਰ ਦਾ ਤੁਹਾਨੂੰ ਕੋਈ ਮਿਲਦਾ, ਬੱਚਿਆਂ ਦੇ ਰੂਪ ਵਿੱਚ ਉਹਨੂੰ ਪਿਆਰ ਦਿਓ। ਕਿਸੇ ਨਾਲ ਨਫ਼ਰਤ ਨਾਲ ਨਾ ਦੇਖੋ, ਹਰ ਇੱਕ ਨੂੰ ਪਿਆਰ ਨਾਲ ਮਿਲੋ। ਕਿਸੇ ਨੂੰ ਕੋਈ ਲੋੜ ਪੈਂਦੀ ਹੈ ਰਾਹ ਪੁੱਛਣ ਦੀ, ਉਹਨੂੰ ਬੜੇ ਪਿਆਰ ਨਾਲ ਸਮਝਾਓ ਖੜ ਕੇ। ਕੋਈ ਹੈਲਪ ਲੈਣੀ ਚਾਹੁੰਦਾ, ਹੈਲਪ ਦਿਓ, ਕਿਉਂਕਿ ਉਹਦੇ ਵਿੱਚ ਵੀ ਮਾਲਕ ਹੈ। ਉਹਦੇ ਵਿੱਚ ਵੀ ਕੌਣ ਹੈ ਜੀ? ਮਾਲਕ ਦਾ ਪ੍ਰਕਾਸ਼ ਹੈ, ਮਾਲਕ ਦੀ ਜੋਤ ਹੈ। ਇਹ ਜੋਤ ਸਾਰਿਆਂ ਦੇ ਵਿੱਚ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਔਰ ਉਹ ਜਿਹੜੀ ਜੋਤ ਹੈ, ਮਨ ਜੋ ਸਰੂਪ ਹੈ, ਮਨ ਤੋਂ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਜੋਤ ਮਾਲਕ ਦੀ ਆਪਣੇ ਸਾਰਿਆਂ ਦੇ ਅੰਦਰ ਹੈ। ਚਾਹੇ ਆਪਾਂ ਆਂਡਿਆਂ ਰਾਹੀਂ ਇੱਥੇ ਆਏ ਹਾਂ, ਅੰਡਜ, ਜੇਰਜ, ਜੇਰਜ ਕਹਿੰਦੇ ਨੇ ਆ ਜੋ ਕਈ ਜੀਵ ਨੇ, ਉਹ ਜੇਰ ਦੇ ਰਾਹੀਂ ਬਾਅਦ ਦੇ ਵਿੱਚ ਉਹਨਾਂ ਨੂੰ ਜੇਰ ਨਾਲੋਂ ਕੱਟਿਆ ਜਾਂਦਾ ਹੈ। ਜਿਵੇਂ ਆਪਾਂ ਮਾਤਾ ਦੇ ਗਰਭ ਦੇ ਵਿੱਚ ਸਾਡਾ ਜੇਰ ਦੇ ਨਾਲ ਸੰਬੰਧ ਹੁੰਦਾ, ਉਹ ਫਾਲਤੂ ਇੱਕ ਮਾਸ ਹੁੰਦਾ, ਜੇਰਜ। ਸੇਤਜ, ਸੇਤਜ ਕਹਿੰਦੇ ਪਸੀਨੇ ਨੂੰ, ਮੁਰਕਾ ਪਸੀਨਾ ਹੁੰਦਾ, ਇਹਦੇ ਤੋਂ ਜੀਵ ਜੰਤੂ ਪੈਦਾ ਹੁੰਦੇ, ਨਿੱਕੇ ਨਿੱਕੇ ਕੀਟਾਣੂ ਜਰਾਸੀਮ ਪੈਦਾ ਹੁੰਦੇ। ਜਿਵੇਂ ਮੋਟੀ ਜੀ ਮਿਸਾਲ ਦੇ ਦਈਏ, ਜੂਆਂ ਲੀਖਾਂ ਸਿਰ ਵਿੱਚ ਪੈ ਜਾਂਦੀਆਂ ਨੇ, ਇਹ ਪਸੀਨੇ ਤੋਂ, ਚਮੜੀ ਰੋਗ ਲੱਗ ਗਿਆ, ਇਹ ਸੇਤਜ। ਉਤਪੁੱਜ, ਉਤਪੁੱਜ ਕਹਿੰਦੇ ਜੋ ਧਰਤੀ ਵਿੱਚ ਉੱਗਦਾ ਹੈ, ਘਾਹ, ਫਸਲਾਂ, ਫਲਦਾਰ ਫੁੱਲਦਾਰ ਬੂਟੇ, ਇਹਨੂੰ ਉਤਪੁੱਜ। ਇਹ ਚਾਰ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁੱਜ। ਚਾਰ ਖਾਣੀਆਂ ਦੇ ਰਾਹੀਂ ਜਿੰਨੇ ਵੀ ਮਨ ਆਪਾਂ ਇੱਥੇ ਆਏ ਹੋਏ ਹਾਂ, ਸਾਰਿਆਂ ਦੇ ਮਨਾਂ ਦਾ ਇੱਕੋ ਹੀ ਪਿਤਾ ਹੈ। ਲੇਕਿਨ ਉਹਨਾਂ ਜੂਨਾਂ ਦੇ ਵਿੱਚੋਂ ਨਿਕਲਦਿਆਂ ਨਿਕਲਦਿਆਂ, ਘੁੰਮਦਿਆਂ ਘੁੰਮਦਿਆਂ, ਮਨ ਇੱਕ ਜੂਨ 'ਚੋਂ ਦੂਸਰੀ ਜੂਨ 'ਚ, ਦੂਸਰੀ 'ਚੋਂ ਤੀਸਰੀ ਜੂਨ, 84 ਲੱਖ ਜੂਨ ਹੈ ਗੁਰਬਾਣੀ 'ਚ ਦੱਸਿਆ, 84 ਜੂਨ 22 ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਝੁਕੇ ਆਏ ਜਾਏ ਦੁੱਖ ਪਾਏਗਾ। ਉਹ 84 ਲੱਖ ਜੂਨ ਹੈ, ਉਹਦੇ ਵਿੱਚ ਘੁੰਮਦੇ ਘੁੰਮਦੇ ਮਨ ਨੂੰ ਮਾਲਕ ਨੇ ਸਭ ਤੋਂ ਅੱਛੀ ਜੂਨੀ ਦਿੱਤੀ। ਕਿਹਨੂੰ ਦਿੱਤੀ ਜੀ? ਮਨ ਨੂੰ ਦਿੱਤੀ। ਮਨ ਨੂੰ ਸਭ ਤੋਂ ਅੱਛੀ ਜੂਨੀ ਕਿਹੜੀ ਮਿਲੀ? ਜਿਹੜੀ ਆਪਾਂ ਨੂੰ ਮਿਲੀ ਹੋਈ ਹੈ, ਆ ਮਨੁੱਖ ਦੇ ਹੀ ਫਿਰਦਿਆਂ ਫਿਰਦਿਆਂ ਨੂੰ ਦੂਸਰੀਆਂ ਜੂਨਾਂ 'ਚ ਮਨ ਨੂੰ ਤੁਰੇ ਫਿਰਦਿਆਂ ਨੂੰ ਜੂਨ ਮਿਲੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ, ਮੈਂ ਫਿਰਦਾ ਫਿਰਦਾ ਆਇਆ। ਕਿੱਧਰੋਂ ਮਨ ਕਿੱਧਰੋਂ ਫਿਰਦਾ ਹੈ? ਜੂਨਾਂ 'ਚੋਂ ਫਿਰਦਾ ਹੈ। 84 ਲੱਖ ਜੂਨ ਦੇ ਗੇੜੇ ਵਿੱਚ ਪਿਆ ਹੋਇਆ ਸੀ, ਘੁੰਮਣ ਘੇਰੀ ਵਿੱਚ ਪਿਆ ਸੀ। ਘੁੰਮਦਾ ਘੁੰਮਦੇ ਨੂੰ ਮਨੁੱਖਾ ਦੇ ਹੀ ਮਿਲੀ। ਫਿਰ ਆਪਾਂ ਪੁੱਛਿਆ ਮਹਾਰਾਜ ਵੀ ਮਨੁੱਖਾ ਦੇ ਹੀ ਕਿਸ ਲਈ ਮਿਲੀ? ਉਹ ਫਿਰ ਦੱਸਦੇ ਨੇ, ਕਹਿੰਦੇ ਦੂਸਰੀਆਂ ਜੂਨਾਂ ਨਾਲੋਂ ਮਨੁੱਖਾ ਦੇਹੀ ਦੇ ਵਿੱਚ ਸਭ ਤੋਂ ਵੱਧ ਗਿਆਨ ਆ। ਆਪਾਂ ਕਿਵੇਂ ਮੰਨੀਏ ਵੀ ਸਭ ਤੋਂ ਵੱਧ ਗਿਆਨ ਵਾਕਿਆ ਹੀ ਮਨੁੱਖਾ ਦੇਹੀ ਦੇ ਵਿੱਚ ਹੈ? ਦੇਖੋ, ਸਾਰੀਆਂ ਜੂਨਾਂ ਪਾਣੀ ਵਿੱਚ ਵੜਦੀਆਂ ਨੇ, ਕੱਪੜੇ ਸਿਲਾਈ ਕਰਕੇ ਕੋਈ ਨਹੀਂ ਪਾਉਂਦਾ, ਕਿਉਂਕਿ ਸਾਡੇ ਕੋਲ ਗਿਆਨ ਆ। ਅਸੀਂ ਕੱਪੜਾ ਲੈਂਦੇ ਹਾਂ, ਥਾਨ ਵਿੱਚੋਂ ਕੱਪੜਾ ਪੜਵਾਉਂਦੇ ਹਾਂ, ਫਿਰ ਦਰਜੀ ਨੂੰ ਸਿਲਾਈ ਵਾਸਤੇ ਦਿੰਦੇ ਹਾਂ, ਉਹ ਸਟਿਚਿੰਗ ਕਰਦਾ, ਉਸ ਤੋਂ ਬਾਅਦ ਆਪਾਂ ਆਪਦੇ ਤਨ ਨੂੰ ਢੱਕ ਲੈਂਦੇ ਹਾਂ। ਇੱਥੋਂ ਜੱਜਮੈਂਟ ਕਰ ਲਓ, ਸੌਖੀ ਜੀ ਉਦਾਹਰਨ ਦਿੱਤੀ ਵੀ ਦੂਸਰੀਆਂ ਜੂਨਾਂ ਨਾਲੋਂ ਅਕਲ, ਗਿਆਨ ਜ਼ਿਆਦਾ ਹੈ ਸਾਡੇ ਕੋਲ। ਜੇ ਗਿਆਨ ਜ਼ਿਆਦਾ ਦਿੱਤਾ ਹੈ ਮਾਲਕ ਨੇ ਜੂਨੀ ਵਿੱਚ, ਫਿਰ ਇਹਦੇ ਵਿੱਚ ਮੌਕਾ ਦਿੱਤਾ ਹੈ। ਕਿਹਨੂੰ? ਮਨ ਨੂੰ। ਇੱਕ ਚਾਂਸ ਦਿੱਤਾ ਹੈ, ਇੱਕ ਵਾਰੀ ਦਿੱਤੀ ਹੈ ਵੀ ਪੁੱਤ ਤੂੰ ਇਹਦੇ ਵਿੱਚ ਮੈਨੂੰ ਲੱਭ ਸਕਦਾ। ਦੂਸਰੀਆਂ ਜੂਨਾਂ ਨੂੰ ਮੈਂ ਮੌਕਾ ਨਹੀਂ ਦਿੱਤਾ। ਕੀ ਕਹਿੰਦੇ? ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਮੀਨ ਦੇ ਇਕੱਲਾ।
ਨਾਮ ਆਪਾਂ ਨਾਮ ਦੀ ਵਿਚਾਰ ਬਾਅਦ 'ਚ ਕਰਦੇ ਹਾਂ, ਪਹਿਲਾਂ ਮਾਲਕ ਦਾ ਭੇਦ ਲੈ ਲਈ। ਹੁਣ ਜਿਸ ਮਾਲਕ ਨੇ ਮਨੁੱਖਾ ਦੇਹੀ ਦਿੱਤੀ ਉਹ ਮਾਲਕ ਕਿਸ ਤਰ੍ਹਾਂ ਦਾ ਹੈ ਕੋਲੋਂ ਅੰਦਾਜ਼ਾ ਨਹੀਂ ਲਾਉਣਾ, ਕਿਸੇ ਦਾ ਤੀਰ ਤੁੱਕਾ ਲਾਇਆ ਹੋਇਆ ਨਹੀਂ ਮੰਨਣਾ। ਜੇ ਕਿਸੇ ਨੇ ਦੱਸਿਆ ਤਾਂ ਤੁਸੀਂ ਗੁਰਬਾਣੀ ਨਾਲ ਮਿਲਾ ਲੈਣਾ, ਕਿਹਦੇ ਨਾਲ ਮਿਲਾ ਲੈਣਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਟੈਲੀ ਕਰ ਲਓ, ਗੱਲ ਮਿਲਦੀ ਹੈ। ਜੇ ਮਿਲਦੀ ਹੈ ਤਾਂ ਮੰਨ ਲਓ, ਜੇ ਨਹੀਂ ਮਿਲਦੀ ਤਾਂ ਛੱਡ ਦਿਓ। ਐਵੇਂ ਜ਼ਿੰਦਗੀ ਤੀਰ ਤੁੱਕਿਆਂ ਦੇ ਵਿੱਚ ਅੰਦਾਜ਼ਿਆਂ ਦੇ ਵਿੱਚ ਵਿਅਰਥ ਨਾ ਚਲੀ ਜਾਏ, ਕਿੰਨੀ ਚਲੀ ਗਈ ਜਿਹੜੀ ਰਹਿ ਗਈ ਇਹ ਵੀ ਨਾ ਚਲੀ ਜਾਏ। ਛੇਤੀ ਛੇਤੀ ਅਸੀਂ ਮਾਲਕ ਨੂੰ ਪਛਾਣ ਲਈਏ, ਉਹਨੂੰ ਮਿਲ ਲਈਏ। ਜੇ ਉਹਨੂੰ ਮਿਲ ਲਾਂਗੇ ਆਉਣਾ ਜਾਣਾ ਖਤਮ ਹੋ ਜਾਏਗਾ, ਹਾਂਜੀ ਉਹਦੇ ਵਿੱਚ ਸਮਾ ਜਾਂਗੇ। ਅਤੇ ਜੇ ਨਹੀਂ ਫਿਰ ਆਉਣਾ ਜਾਣਾ ਬਣਿਆ ਹੋਏਗਾ। ਆਉਣਾ ਜਾਣਾ ਬੜਾ ਔਖਾ ਹੈ, ਮਾਂ ਦੇ ਗਰਭ ਦੇ ਵਿੱਚ ਰਹਿਣਾ, ਅੱਗ ਦੇ ਭਾਂਬੜ ਮੱਚਦੇ ਉੱਥੇ ਜਿੱਥੇ ਪਕਾਇਆ ਜਾਂਦਾ ਇਸ ਨੂੰ, ਔਰ ਇੱਥੇ ਕਿਹੜਾ ਸੁੱਖ ਮਿਲਦਾ, ਕੋਈ ਨਾ ਕੋਈ ਟੈਨਸ਼ਨ ਕੋਈ ਨਾ ਕੋਈ ਦੁੱਖ ਉਹ ਵੀ ਮਿਲਿਆ ਹੀ ਰਹਿੰਦਾ। ਜੇ ਕੋਈ ਚੀਜ਼ ਦੀ ਲੋੜ ਪੈਂਦੀ ਹੈ ਨਹੀਂ ਕੋਲ ਆਪਣੇ ਸਮਰੱਥਾ ਅਤੇ ਟੈਨਸ਼ਨ ਬਣ ਜਾਂਦੀ, ਕਿੱਥੋਂ ਲਈਏ। ਇੱਥੇ ਫਿਕਰ ਹੀ ਫਿਕਰ ਨੇ, ਅਤੇ ਫਿਰ ਡਰ ਮਰਨ ਦਾ ਵੀ, ਕਿਵੇਂ ਮੌਤ ਆਏਗੀ। ਇਹਨਾਂ ਸਾਰਿਆਂ ਤੋਂ ਖਹਿੜਾ ਉਦੋਂ ਛੁੱਟੇਗਾ ਜਦੋਂ ਤੁਸੀਂ ਮਾਲਕ ਨੂੰ ਮਿਲ ਲਵੋਗੇ, ਸੱਚ ਵਿੱਚ ਤੁਹਾਡਾ ਮਨ ਸਮਾ ਜਾਏਗਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੁਖ ਖੰਡ ਬ੍ਰਹਮੰਡਾ ਹੈ। ਉਸ ਨਾਮ ਦੇ ਵਿੱਚ ਸਮਾ ਕੇ ਉਹ ਹੁਣ ਜੋ ਮਾਲਕ ਹੈ, ਜਿਸ ਨੇ ਸਾਡੇ 'ਤੇ ਦਇਆ ਕੀਤੀ, ਰਹਿਮਤ ਕੀਤੀ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਜੀਵੇ ਹਰਿਆ। ਉਹ ਮਾਲਕ ਨੇ ਸਾਡੇ 'ਤੇ ਤਰਸ ਕੀਤਾ, ਸਾਨੂੰ ਕਲਯੁੱਗ ਦੇ ਵਿੱਚ ਇੱਕ ਪਦਾਰਥ ਦੇ ਰੂਪ ਵਿੱਚ ਇਹ ਮਨੁੱਖਾ ਦੇਹੀ ਮਿਲੀ। ਆਓ ਹੁਣ ਸਾਡਾ ਮਾਰਗ ਦਰਸ਼ਨ ਗੁਰੂ ਗ੍ਰੰਥ ਸਾਹਿਬ ਕਰ ਰਿਹਾ, ਅਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਜੋ ਸਾਡਾ ਪਿਤਾ ਹੈ ਅਕਾਲ ਪੁਰਖ ਉਹ ਕਿਸ ਤਰ੍ਹਾਂ ਦਾ ਹੈ। ਉਹ ਫਿਰ ਦੱਸਿਆ ਵੀ ਉਹਨਾਂ ਨੇ ਵੀ ਉਹ ਸ਼ੀਸ਼ੇ ਵਰਗਾ ਪ੍ਰਕਾਸ਼ ਹੈ। ਫਿਰ ਆਪਾਂ ਪੁੱਛਿਆ, ਮਹਾਰਾਜ ਹੋਰ ਸੌਖਾ ਕਰਕੇ ਦੱਸ ਦਿਓ, ਕੋਈ ਸ਼ੱਕ ਨਾ ਰਹਿ ਜੇ, ਜਿਹਨੇ ਦੁਨੀਆ ਬਣਾਈ ਉਹ ਕਿਹੋ ਜਿਹਾ, ਕਰਤਾ ਪੁਰਖ ਕਿਹੋ ਜਿਹਾ। ਫਿਰ ਗੁਰੂ ਨਾਨਕ ਦੇਵ ਜੀ ਬਿਲਕੁਲ ਸੌਖਾ ਕਰਕੇ ਦੱਸ ਰਿਹਾ, ਕੀ ਕਹਿੰਦੇ ਨੇ, ਕਹਿੰਦੇ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਦਾ ਚਾਨਣ ਕਿੰਨਾ ਹੁੰਦਾ ਜੀ, ਦਿਨ ਚੜ੍ਹਿਆ ਹੁੰਦਾ। ਪੂਰਨਮਾਸ਼ੀ ਦੀ ਰਾਤ ਨੂੰ ਤੁਸੀਂ ਬਾਹਰ ਨਿਕਲ ਕੇ ਦੇਖੋ, ਅੱਧੀ ਰਾਤ ਨੂੰ ਐਨ ਦਿਨ ਚੜ੍ਹੇ ਵਰਗਾ ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਦਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਬੋਲੇ ਗੋਪੀ ਚੰਦ ਸੱਤ ਸਰੂਪ, ਪਰਮ ਤੱਤ ਮੈਂ ਰੇਖ ਨਾ ਰੂਪ। ਕਲੀਅਰ ਕਰ ਦਿੱਤਾ ਉਹਨਾਂ ਵੀ ਉਸ ਪਰਮ ਤੱਤ ਦਾ, ਮਾਲਕ ਦਾ ਕੋਈ ਰੂਪ ਰੇਖ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈ ਗੁਣ ਅਤੇ ਪ੍ਰਭ ਪਿੰਨ। ਦੱਸ ਦਿੱਤਾ ਵੀ ਉਹਦਾ ਕੋਈ ਰੂਪ ਰੇਖ ਨਹੀਂ ਹੈ, ਲੇਕਿਨ ਹੈ ਕਿਹੋ ਜਿਹਾ, ਸੱਚ ਕਿਹੋ ਜਿਹਾ, ਸੱਤ ਚੰਦ ਸਰੂਪ, ਚੰਦਰਮਾ ਵਰਗਾ, ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਹੁੰਦਾ ਨਾ, ਉਸ ਤਰ੍ਹਾਂ ਦਾ ਹੈ ਮਾਲਕ, ਉਸ ਤਰ੍ਹਾਂ ਦਾ ਪ੍ਰਕਾਸ਼ ਹੈ। ਕਿੱਡੀ ਸੋਹਣੀ ਰਾਤ ਹੁੰਦੀ ਹੈ। ਫਿਰ ਬਾਬਾ ਕਬੀਰ ਜੀ ਨੇ ਵੀ ਦੱਸਤਾ, ਕਹਿੰਦੇ ਪੁੰਨਿਓ ਪੂਰਾ ਚੰਦ ਆਕਾਸ਼ ਪਸਰੇ ਕਲਾ ਸਹਿਜ ਪ੍ਰਕਾਸ਼। ਕਹਿੰਦੇ ਇਸ ਤਰ੍ਹਾਂ ਦਾ ਮਾਲਕ ਜਿਹੜਾ ਹਰ ਜਗ੍ਹਾ ਪਸਰਿਆ ਹੋਇਆ, ਹਰ ਜਗ੍ਹਾ ਮੌਜੂਦ ਹੈ, ਸਿਰਫ ਉਹਨੂੰ ਦੇਖਣ ਵਾਲੀ ਅੱਖ ਬਣਾ ਲਓ। ਝੂਠ ਨੂੰ ਦੇਖਣ ਵਾਲੀਆਂ ਅੱਖਾਂ ਤਾਂ ਬਣੀਆਂ ਹੋਈਆਂ ਨੇ, ਝੂਠ ਨੂੰ ਦੇਖਣ ਵਾਲੀਆਂ ਅੱਖਾਂ ਬਣੀਆਂ ਹੋਈਆਂ ਨੇ, ਆਹ ਦੁਨੀਆ ਜੋ ਦਿਸਦੀ ਹੈ ਝੂਠ ਹੈ, ਸੱਚ ਨੂੰ ਦੇਖਣ ਵਾਲੀ ਅੱਖ ਬਣਾ ਲਓ। ਹੁਣ ਉਹ ਜਿਹੜੀ ਸੱਚ ਨੂੰ ਦੇਖਣ ਵਾਲੀ ਅੱਖ ਬਣਨੀ ਹੈ, ਉਹ ਇਹਨਾਂ ਦੋਨਾਂ ਨੇਤਰਾਂ ਤੋਂ ਇੱਕ ਅੱਖ ਬਣਨੀ ਹੈ, ਇਹਨਾਂ ਦੋ ਅੱਖਾਂ ਤੋਂ ਇੱਕ ਅੱਖ ਬਣੇਗੀ, ਫਿਰ ਉਹ ਦਿਖਾਈ ਦਿੰਦਾ। ਫਿਰ ਹੌਲੀ ਹੌਲੀ ਦੋਨਾਂ ਅੱਖਾਂ ਦੇ ਰਾਹੀਂ ਮਹਿਸੂਸ ਕਰੋਗੇ ਅਤੇ ਤੁਹਾਨੂੰ ਮਾਲਕ ਸਭ ਤੋਂ ਨੇੜੇ ਦਿਖਾਈ ਦੇਗਾ। ਹੁਣ ਗੁਰਮੋਹ ਪਿਆਰਿਓ ਕਲੀਅਰ ਹੋ ਗਿਆ ਜੀ ਕਿਸ ਤਰ੍ਹਾਂ ਦਾ ਮਾਲਕ ਹੈ, ਪ੍ਰਕਾਸ਼। ਔਰ ਪ੍ਰਕਾਸ਼ ਕਿਸ ਤਰ੍ਹਾਂ ਦਾ, ਸ਼ੀਸ਼ਾ ਜਿਵੇਂ ਚਮਕਦਾ ਹੁੰਦਾ, ਜਿਵੇਂ ਲਿਸ਼ਕੋਰ ਨਹੀਂ ਪੈਂਦੀ, ਲਿਸ਼ਕ ਪੈਂਦੀ ਹੈ, ਮੈਂ ਸੌਖੀ ਜਿਹੀ ਉਦਾਹਰਨ ਦਿੰਦਾ, ਜਿਵੇਂ ਸਰਚ ਲਾਈਟ ਪੈਂਦੀ ਹੁੰਦੀ ਹੈ, ਸਰਚ ਲਾਈਟ ਚਾਨਣ ਪੈਂਦਾ, ਇਸ ਤਰ੍ਹਾਂ ਦਾ। ਹੋਰ ਸੌਖੀ ਉਦਾਹਰਨ ਦੇ ਦਈਏ, ਗੁਰਬਾਣੀ 'ਚ ਦੱਸਿਆ ਹੋਇਆ, ਜਿਵੇਂ ਬੱਦਲ ਗੱਜਦਾ ਉਹਦੇ 'ਚ ਬਿਜਲੀ ਲਿਸ਼ਕਦੀ ਹੈ, ਬਾਹਰ ਬੱਦਲ ਨਹੀਂ ਜਦੋਂ ਗੜਕਦਾ ਉਹਦੇ ਵਿੱਚੋਂ ਕਿੰਨੀ ਬਿਜਲੀ ਦੀ ਚਮਕ ਪੈਂਦੀ ਹੈ, ਇਸ ਤਰ੍ਹਾਂ ਦਾ ਗੁਰਬਾਣੀ 'ਚ ਦੱਸਿਆ। ਕਹਿੰਦੇ ਚਮਕਾਰ ਬੀਜਲ ਤਹੀਂ,
ਚਮਕਾਰ ਮੀਨਜ਼ ਲਸ਼ਕੋਰ, ਜਿਵੇਂ ਬਿਜਲੀ ਗਲਤ ਗਈ। ਚਮਕਾਰ ਬੀਜਲ ਤਹੀਂ, ਇਸ ਤਰ੍ਹਾਂ ਦਾ ਮਾਲਕ। ਹੁਣ ਗੁਰਮੁਖ ਪਿਆਰੇ ਉਹ ਮਾਲਕ ਜਰੇ ਜਰੇ ਵਿੱਚ ਆ, ਹਰ ਜਗ੍ਹਾ ਦੇ ਵਿੱਚ ਆ, ਤੁਸੀਂ ਸਾਰੇ ਉਹਦੇ ਵਿੱਚ ਬੈਠੇ ਹੋ, ਫਿਰ ਦਿਸਦਾ ਕਿਉਂ ਨਹੀਂ? ਕਿਉਂਕਿ ਉਹਨੂੰ ਦੇਖਣ ਵਾਲੀ ਅੱਖ ਨਹੀਂ ਬਣੀ, ਉਹਨੂੰ ਦੇਖਣ ਵਾਲੀ ਅੱਖ ਨਹੀਂ ਬਣੀ। ਜਿਵੇਂ ਮੈਂ ਗੱਡੀ ਦੀ ਉਦਾਹਰਨ ਦਿੱਤੀ ਸੀ, ਅੱਗੇ ਸ਼ੀਸ਼ਾ ਹੈ, ਸ਼ੀਸ਼ੇ ਦੇ ਅੱਗੇ ਦੇਖਦੇ ਹੋ ਤੁਸੀਂ, ਸ਼ੀਸ਼ਾ ਨਹੀਂ ਦੇਖਦੇ। ਇਸੇ ਤਰ੍ਹਾਂ ਇੱਥੇ ਮਾਲਕ ਹੈ, ਉਦੋਂ ਗਾਂਹ ਫਿਰ ਮਾਲਕ ਦੇ ਵਿੱਚ ਦੀ ਤੁਸੀਂ ਸਾਰੇ ਸੰਗਤ ਨੂੰ, ਸਾਰੀ ਦੁਨੀਆਂ ਨੂੰ ਦੇਖੋਗੇ। ਇਹ ਸਰੀਰ ਉਹਦੇ ਵਿੱਚ ਦੇਖੋਗੇ, ਹਰ ਮੇ ਤਨ ਹੈ, ਹਰ ਮੇ ਤਨ ਹੈ, ਤਨ ਮੇ ਹਰ ਹੈ, ਸਰਬ ਨਿਰੰਤਰ ਸੋਏ ਦੇ, ਉਹ ਹਰ ਜਗ੍ਹਾ 'ਤੇ ਹੈ। ਹੁਣ ਗੁਰਮੁਖ ਪਿਆਰੇ ਉਹ ਮਾਲਕ ਪ੍ਰਕਾਸ਼ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਨੇ, ਮਾਲਕ ਦੀ ਕੋਈ ਜਾਤ ਨਹੀਂ ਹੈ, ਪਾਤ ਨਹੀਂ ਹੈ, ਕੋਈ ਚੱਕਰ ਚਿਹਨ ਨਹੀਂ, ਰੇਖ ਪੇਖ ਨਹੀਂ ਹੈ। ਚੱਕਰ ਚਿਹਨ ਔਰ ਵਰਨ, ਜਾਤ ਔਰ ਪਾਤ ਨਾ ਹਿੰਨ ਜਾਏ, ਰੂਪ ਰੰਗ ਔਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ, ਚਲ ਮੂਰਤ ਅਨੁਭਵ ਪ੍ਰਕਾਸ਼ ਅਮਦੋਜ ਕਹੀ ਜਾਏ। ਉਹ ਪ੍ਰਕਾਸ਼ਮਾਨ ਰੂਪ ਹੈ ਮਾਲਕ। ਲੇਕਿਨ ਗੁਰਮੁਖ ਪਿਆਰੇ ਉਹ ਜਿਹੜਾ ਉਹਦਾ ਬੱਚਾ ਹੈ ਮਨ, ਉਹ ਵੀ ਕਿਹੋ ਜਿਹਾ ਹੋਏਗਾ? ਉਹ ਵੀ ਪ੍ਰਕਾਸ਼ ਹੀ ਹੋਏਗਾ ਨਾ। ਪ੍ਰਕਾਸ਼ ਮੀਨਜ਼ ਚਾਨਣ, ਉਹ ਚਾਨਣ ਆਪਣੇ ਸਾਰਿਆਂ ਦੇ ਅੰਦਰ ਆ ਮਾਲਕ ਦਾ ਬੱਚਾ ਜਿਹੜਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਉਹ ਚਾਨਣ ਪ੍ਰਕਾਸ਼, ਉਹ ਆਪਣੇ ਸਾਰਿਆਂ ਦੇ ਅੰਦਰ ਹੈ ਮਾਲਕ ਦਾ ਪ੍ਰਕਾਸ਼। ਮਨ ਬੱਚਾ ਵੀ ਉਹੋ ਜਿਹਾ। ਆਪਾਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਸੱਚੇ ਪਾਤਸ਼ਾਹ ਮਨ ਹੈ ਕਿਹੋ ਜਿਹਾ? ਹੁਣ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ ਮਨ ਕਿਹੋ ਜਿਹਾ, ਜਿਹੜੇ ਮਨ ਦੀ ਆਪਾਂ ਸ਼ਿਕਾਇਤ ਕਰਦੇ ਹਾਂ ਜੀ ਮਨ ਨਹੀਂ ਟਿਕਦਾ, ਕਿਸ ਤਰ੍ਹਾਂ ਦਾ ਮਨ? ਤਾਂ ਹੁਣੇ ਤੁਸੀਂ ਪ੍ਰੈਕਟੀਕਲ ਕਰ ਲੈਣਾ। ਦੱਸ ਰਹੇ ਨੇ, ਕਹਿੰਦੇ ਇਹ ਮਨ ਆਰਸੀ, ਇਹ ਮਨ ਆਰਸੀ ਕੋਈ ਗੁਰਮੁਖ ਵੇਖਿਆ। ਕਹਿੰਦੇ ਕਿਸੇ ਗੁਰਮੁਖ ਨੇ ਕਰੋੜਾ ਮਗਰ ਕਿਸੇ ਇੱਕ ਨੇ ਮਨ ਵੇਖਿਆ ਆਪਦਾ। ਹੁਣ ਗੁਰਮੁਖ ਪਿਆਰਿਓ ਮਨ ਕਿਹੋ ਜਿਹਾ? ਆਰਸੀ, ਸ਼ੀਸ਼ੇ ਵਰਗਾ। ਸਾਡੇ ਸਰੀਰ ਵਿੱਚ ਸ਼ੀਸ਼ਾ ਕਿੱਥੇ ਹੈ? ਕਦੀ ਖੋਜ ਕੀਤੀ? ਚਲੋ ਸੌਖਾ ਕਰਕੇ ਦੱਸ ਦਿੰਦੇ, ਸਾਡੇ ਸਰੀਰ ਦੇ ਵਿੱਚ ਉਹ ਜਿਹੜੀ ਜੋਤ ਰੱਖੀ ਹੋਈ ਹੈ, ਸਾਡੇ ਸਰੀਰ ਵਿੱਚ ਇੱਕ ਸ਼ੀਸ਼ਾ ਹੈ, ਉਹ ਸ਼ੀਸ਼ਾ ਕਿੱਥੇ ਹੈ ਜੀ? ਨੇਤਰਾਂ 'ਚ। ਸਾਈਡ 'ਤੇ ਚਿੱਟਾਪਨ ਹੈ ਅੱਖ ਦਾ, ਇਹਦੇ ਵਿੱਚ ਕਿਸੇ ਦਾ ਕਾਲੇ ਰੰਗ ਦਾ, ਕਿਸੇ ਦਾ ਭੂਰੇ ਰੰਗ ਦਾ। ਤੀਸਰਾ ਪੋਰਸ਼ਨ ਇੱਕ ਹੋਰ ਹੈ, ਉਹ ਸ਼ੀਸ਼ੇ ਵਾਂਗੂ ਚਮਕਦਾ। ਦੇਖੋ, ਗੌਰ ਕਰੋ, ਸ਼ੀਸ਼ਾ ਹੈ। ਤੁਸੀਂ ਉਹ ਨਾਲ ਦੇ ਨੂੰ ਦੇਖੋ, ਉਹਦੀਆਂ ਅੱਖਾਂ ਦੇ ਵਿੱਚ ਤੁਹਾਨੂੰ ਤੁਹਾਡਾ ਚਿਹਰਾ ਨਜ਼ਰ ਆਏਗਾ। ਜਦੋਂ ਉਹ ਦੇਖਣਗੇ, ਉਹਨਾਂ ਨੂੰ ਤੁਹਾਡੀਆਂ ਅੱਖਾਂ 'ਚ ਉਹਨਾਂ ਦਾ ਚਿਹਰਾ ਨਜ਼ਰ ਆਏਗਾ। ਇਹ ਕੀ ਹੈ ਜੀ? ਸ਼ੀਸ਼ਾ। ਇਹਦਾ ਮਤਲਬ ਕਿ ਮਨ ਨੂੰ ਜੋਤ ਦੇ ਕੇ ਇੱਥੇ ਪਾਇਆ ਗਿਆ ਹੈ। ਕਿੱਥੇ ਪਾਇਆ ਗਿਆ ਜੀ? ਨੇਤਰਾਂ ਦੇ ਵਿੱਚ। ਅਤੇ ਕਿੱਥੇ ਰੱਖੀ ਜੋਤ? ਸਾਡੇ ਸਾਰਿਆਂ ਦੇ ਨੇਤਰਾਂ ਦੇ ਵਿੱਚ। ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ? ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਨੇਤਰਾਂ ਦੇ ਵਿੱਚ ਜੋਤ ਧਰੀ ਹੈ। ਹੁਣ ਗੁਰਮੁਖ ਪਿਆਰਿਓ ਸੋਚੋ, ਸਾਰੇ ਜਾਣੇ ਧਿਆਨ ਦੇ ਨਾਲ, ਰਾਤ ਪੈਂਦੀ ਹੈ ਜਦੋਂ ਨੀਂਦ ਆ ਜਾਂਦੀ ਹੈ, ਉਦੋਂ ਮਨ ਸਰੀਰ ਛੱਡ ਜਾਂਦਾ ਹੈ, ਨੇਤਰਾਂ ਨੂੰ ਵੀ ਛੱਡ ਜਾਂਦਾ। ਕਿੱਥੇ ਚਲਾ ਜਾਂਦਾ ਕੋਈ ਪਤਾ ਹੀ ਨਹੀਂ ਹੁੰਦਾ। ਘਰ ਕਿੱਥੇ ਆ, ਬੱਚੇ ਕਿੱਥੇ ਆ, ਜ਼ਮੀਨ ਕਿੱਥੇ ਆ, ਗੱਡੀ ਕਿੱਥੇ ਆ, ਸਕੂਟਰ ਕਿੱਥੇ ਆ, ਦਫ਼ਤਰ ਕਿੱਥੇ ਆ, ਜੋ ਸੌਂ ਜਾਂਦੇ ਹਾਂ। ਗੁਰਮੁਖ ਪਿਆਰੇ ਉਹਦਾ ਤਾਂ ਕੀ ਪਤਾ ਲੱਗਣਾ, ਆਪਾਂ ਨੂੰ ਤਾਂ ਆਪਣੇ ਆ ਜੰਮ ਦੇ ਸਰੀਰ ਦਾ ਨਹੀਂ ਪਤਾ ਹੁੰਦਾ ਕਿੱਥੇ। ਜਦੋਂ ਗੂੜੀ ਨੀਂਦ 'ਚ ਸੁੱਤੇ ਹੁੰਦੇ, ਘਰਾੜੇ ਵੱਜਦੇ ਹੁੰਦੇ ਆ, ਉਦੋਂ ਮਨ ਇਸ ਤਨ ਨੂੰ, ਇਹ ਦੁਨੀਆਂ ਨੂੰ, ਲੋਕ ਨੂੰ ਛੱਡ ਕੇ ਪਰਲੋਕ ਵਿੱਚ ਚਲਾ ਜਾਂਦਾ, ਸੱਚਖੰਡ ਵਿੱਚ ਚਲਾ ਜਾਂਦਾ, ਦਰਗਾਹ ਵਿੱਚ ਚਲਾ ਜਾਂਦਾ। ਕਿੱਥੇ ਜਾਂਦਾ? ਇਸ਼ਾਰਾ ਕਰ ਰਹੇ ਹਾਂ ਨਾਲ ਦੀ ਨਾਲ, ਦੇਖਦੇ ਜਾਇਓ, ਸੁਣਦੇ ਜਾਇਓ। ਇੱਥੋਂ ਮਨ ਨਿਕਲਦਾ, ਇੱਥੇ ਚਲਾ ਜਾਂਦਾ, ਇੱਥੋਂ ਨਿਕਲਦਾ, ਕਿਉਂਕਿ ਨੇਤਰਾਂ 'ਚ ਆ ਨਾ ਮਨ, ਇੱਥੋਂ ਨਿਕਲਦਾ, ਇੱਥੇ ਚਲਾ ਜਾਂਦਾ। ਹੁਣ ਦੇਖੋ, ਸਰੀਰ ਛੱਡ ਗਿਆ, ਕਿੱਥੇ ਚਲਾ ਗਿਆ? ਕਹਿੰਦੇ ਲੱਭੋ। ਮਹਾਰਾਜ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਤਨ ਛੱਡ ਦਿੱਤਾ, ਮਨ ਕਿੱਥੇ ਚਲਾ ਗਿਆ, ਸਮਾ ਗਿਆ? ਲੱਭੋ। ਕਹਿੰਦੇ ਕਦੀ ਲੱਭਿਆ? ਨਹੀਂ ਲੱਭਿਆ, ਕਿਉਂਕਿ ਭੇਦ ਹੀ ਨਹੀਂ ਲਿਆ। ਹੁਣ ਗੁਰਬਾਣੀ 'ਚ ਦੱਸਿਆ ਜੀ ਇਹ, ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਤਨ ਛੱਡ ਦਿੱਤਾ, ਮਨ ਕਿੱਥੇ ਚਲਾ ਗਿਆ, ਜਦੋਂ ਘਰਾੜੇ ਵੱਜਣ ਲੱਗ ਗਏ, ਨੀਂਦ ਆਈ, ਸੌਂ ਗਏ। ਹੁਣ ਉਹ ਕਹਿੰਦੇ ਉਹਨੂੰ ਲੱਭੋ। ਪਹਿਲਾਂ ਤਾਂ ਆਪਾਂ ਇਹ ਲੱਭਣਾ ਮਨ ਹੈ ਕਿੱਥੇ, ਹੁਣ ਜਦੋਂ ਗਾਹ ਤੁਸੀਂ ਸੌਣ ਲੱਗਣਾ, ਫਿਰ ਕਿੱਥੇ ਦੇਖਣਾ ਵੀ ਤੁਹਾਨੂੰ ਪਤਾ ਲੱਗੇ ਆਹ ਚੱਲਿਆ, ਹੁਣ ਆਹ ਚੱਲਿਆ ਸਰੀਰ ਨੂੰ ਛੱਡ ਕੇ। ਦੇਖਿਆ, ਥੋੜ੍ਹੇ ਦਿਨ ਹੋ ਗਏ, ਕਿਸੇ ਨੇ ਵਟਸਐਪ 'ਤੇ ਪਾਇਆ
ਬੱਚੇ ਦੇ ਜੂੜਾ ਕੀਤਾ, ਨਿੱਕਾ ਜਿਹਾ ਬੱਚਾ, ਉਹਦੇ ਕੋਲ ਬੈਗ ਆ, ਉਹ ਕਲਾਸ ਦੇ ਵਿੱਚ ਬੈਠਾ ਅਤੇ ਉਹ ਬੱਚਾ ਨਾ ਉਸ ਨੀਂਦ ਆਉਂਦੀ ਉਹਨੂੰ ਐਂ ਝੋਲੇ ਜਿਹੇ ਖਾਂਦਾ, ਉਦੋਂ ਮਨ ਤਨ ਨੂੰ ਛੱਡ ਰਿਹਾ ਹੁੰਦਾ, ਐਂ ਐਂ ਦੇਖਦਾ, ਕਈ ਵਾਰੀ ਐਂ ਨੱਖ ਲੱਗ ਜਾਂਦੀ ਨਾ ਆਪਣੀ, ਇੱਥੇ ਧੌਣ ਰਹਿ ਜਾਂਦੀ ਪਈ, ਮਨ ਛੱਡ ਕੇ ਸਰੀਰ ਨੂੰ ਜਾਣਾ ਚਾਹੁੰਦਾ ਕਿੱਥੇ, ਆਪਦੇ ਘਰੇ ਥਿਰ ਘਰ ਵਿੱਚ ਨਿੱਜ ਮਹਿਲ ਵਿੱਚ ਸੱਚਖੰਡ ਵਿੱਚ ਜਾਣਾ ਚਾਹੁੰਦਾ, ਅਤੇ ਉਹ ਟੀਚਰ ਨੂੰ ਗਿਆਨ ਨਹੀਂ, ਉਹ ਆਈ ਉਹਦੇ ਜ਼ੋਰ ਦੀ ਨਾ ਮੂੰਹ 'ਤੇ ਥੱਪੜ ਮਾਰਿਆ, ਉਹ ਮੁੰਡਾ ਨਾ ਨਿੱਕਾ ਜਿਹਾ ਬੱਚਾ, ਉਹ ਬੁੱਲ ਜੇ ਤੇਰੇ, ਉਹਨੇ ਦੁੱਖ ਮੰਨਿਆ ਵੀ ਮੈਨੂੰ ਕਿਉਂ ਮਾਰਿਆ। ਹੁਣ ਟੀਚਰ ਨੂੰ ਜੇ ਗਿਆਨ ਹੁੰਦਾ ਤਾਂ ਉਹਨੂੰ ਕਹਿੰਦੀ ਪੁੱਤ ਤੂੰ ਆਰਾਮ ਨਾਲ ਪੈ ਜਾ, ਪੰਜ ਸੱਤ ਮਿੰਟ ਉਹਨੂੰ 5 ਮਿੰਟ ਪਾ ਦਿੰਦੀ, ਚਲੋ ਫਿਰ ਉਹ ਬੱਚੇ ਦਾ ਮਨ ਸਰੀਰ ਵਿੱਚ ਆਉਂਦਾ, ਫਿਰ ਐਕਟਿਵ ਰਹਿੰਦਾ, ਸੌਣ ਲੱਗਿਆਂ ਤਾਂ ਸੁਸਤੀ ਪੈ ਜਾਂਦੀ ਹੈ ਨਾ ਸਰੀਰ ਦੀ, ਨੀਂਦ ਆਉਂਦੀ ਹੈ, ਖਮਾਰੀ ਆ ਜਾਂਦੀ ਅੱਖਾਂ ਦੇ ਵਿੱਚ, ਸਰੂਰ ਆ ਜਾਂਦਾ, ਅਤੇ ਦੇਖੋ ਗਿਆਨ ਨਹੀਂ ਸੀ ਨਾ ਤਾਂ ਜ਼ੋਰ ਦੀ ਮਾਰਿਆ, ਪੂਰੇ ਜ਼ੋਰ ਦੀ, ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਦੇਖਿਆ, ਮੈਂ ਵੀ ਐਂ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਗਿਆਨ ਨਹੀਂ ਸੀ ਟੀਚਰ ਨੂੰ, ਉਹਦਾ ਵੀ ਕਸੂਰ ਨਹੀਂ ਸੀ, ਪਰ ਐਡੇ ਬੱਚੇ ਨੂੰ ਤਾਂ ਵੈਸੇ ਨਹੀਂ ਮਾਰਨਾ ਚਾਹੀਦਾ, ਜਦੋਂ ਪਿਆਰ ਨਾਲ ਢਾਲ ਲਈਏ, ਹਾਂਜੀ, ਅਤੇ ਢਲ ਜਾਂਦੇ ਆ ਜੀ ਬੱਚੇ ਜਦੋਂ ਪਿਆਰ ਦਈਏ ਨਾ, ਬੜੇ ਪਿਆਰ ਨਾਲ ਮਿਲੀਏ, ਸਾਰੇ ਢਲ ਜਾਂਦੇ, ਵੱਡਿਆਂ ਨੂੰ ਪਿਆਰ ਦੇ ਉਹ ਢਲ ਜਾਂਦੇ, ਪਰ ਕੋਈ ਪਿਆਰ ਨਹੀਂ ਦਿੰਦਾ, ਰੋਗ ਮਾਰਦਾ ਹੈ, ਕੀ ਮਾਰਦਾ ਜੀ, ਹੋਮੇ ਆ, ਰੋਗ ਆ, ਨਹੀਂ, ਡਿਕਟੇਟਰਸ਼ਿਪ ਨਹੀਂ ਕਰਨੀ ਕਿਸੇ 'ਤੇ, ਬੜੇ ਪਿਆਰ ਨਾਲ ਅਦਬ ਦੇ ਨਾਲ ਸਾਰਿਆਂ ਨੂੰ ਮਿਲਣਾ, ਚਾਹੇ ਕੋਈ ਬੱਚਾ ਚਾਹੇ ਸਿਆਣਾ। ਅਤੇ ਗੁਰਮੁਖ ਪਿਆਰੇ, ਜਦੋਂ ਮਨ ਸਾਡਾ ਸਰੀਰ ਛੱਡਦਾ ਹੈ, ਇਹ ਫਿਰ ਸਰੀਰ ਕੰਮ ਨਹੀਂ ਕਰਦਾ, ਜਿੱਥੇ ਪਿਆ ਉੱਥੇ ਪਿਆ, ਜਦੋਂ ਮਨ ਇਸ ਬੋਡੀ ਵਿੱਚ ਆਉਂਦਾ ਹੈ, ਫਿਰ ਇਹਨੂੰ ਹਿਲਾਉਂਦਾ ਵੀ ਹੁਣ ਐਂ ਸਰੀਰ ਥੱਕ ਗਿਆ, ਇੱਧਰ ਨੂੰ ਪਾਸਾ ਲੈ ਲਈਏ, ਫਿਰ ਚਲਾ ਜਾਂਦਾ, ਫਿਰ ਦੇਖਦੇ ਹਾਂ ਸਵੇਰੇ ਜਦੋਂ ਕੋਈ 4 ਵਜੇ ਉੱਠਦਾ, ਕੋਈ 3 ਵਜੇ ਉੱਠਦਾ, ਕੋਈ 5 ਵਜੇ ਉੱਠਦਾ, ਸਰੀਰ ਵਿੱਚ ਪ੍ਰਵੇਸ਼ ਹੋਇਆ, ਮਨ ਕਿੱਥੇ ਆਇਆ ਜੀ, ਨੇਤਰਾਂ 'ਚ ਆਇਆ, ਅਤੇ ਨੇਤਰ ਜਦੋਂ ਖੋਲ੍ਹੇ, ਮਲੀਆਂ ਅੱਖਾਂ, ਅੱਖਾਂ ਧੋਤੀਆਂ, ਸਾਫ਼ ਦਿਸਣ ਲੱਗਿਆ, ਫਿਰ ਮਨ ਦੁਨੀਆ ਨਾਲ ਜੁੜਿਆ, ਕਿਹਦੇ ਨਾਲ ਜੁੜਿਆ ਜੀ, ਸੰਸਾਰ ਨਾਲ ਜੁੜਿਆ, ਲੋਕ ਨਾਲ ਜੁੜਿਆ, ਲੋਕ ਨਾਲ ਜਦੋਂ ਜੁੜਿਆ, ਮਾਲਕ ਨੂੰ ਭੁੱਲ ਗਿਆ, ਮਾਲਕ ਨੂੰ ਭੁੱਲ ਗਿਆ, ਭੁੱਲੇ ਤਾਂ ਆਪਾਂ ਬਹੁਤ ਚਿਰਦੇ ਹਾਂ, ਪਰ ਜਦੋਂ ਸੌਂਦੇ ਹਾਂ ਪਤਾ ਹੀ ਨਹੀਂ ਮਾਲਕ ਕੋਲ, ਮਾਲਕ ਦੇਖ ਰਿਹਾ ਸਾਨੂੰ, ਲੇਕਿਨ ਅਸੀਂ ਨਹੀਂ ਉਹਨੂੰ ਦੇਖਦੇ, ਕਿਉਂਕਿ ਅਸੀਂ ਆਪਦੇ ਮਾਲਕ ਦੀ, ਆਪਦੇ ਮਾਤਾ ਪਿਤਾ ਦੀ ਅਸੀਂ ਸ਼ਕਲ ਭੁੱਲ ਗਏ, ਵੀ ਉਹ ਕਿਸ ਤਰ੍ਹਾਂ ਦਾ, ਉਹਦਾ ਸਰੂਪ ਕਿਹੋ ਜਿਹਾ, ਉਹ ਭੁੱਲ ਗਏ, ਅਤੇ ਦੱਸਿਆ ਵੀ ਉਹਦਾ ਸਰੂਪ ਕਿਹੋ ਜਿਹਾ, ਕਹਿੰਦੇ ਬੋਲੇ ਗੋਪੀ ਚੰਦ ਸੱਤ ਸਰੂਪ, ਪਰਮ ਤੱਤ ਮੈਂ ਰੇਖਨਾ ਰੂਪ, ਉਹ ਚੰਦਰਮਾ ਵਰਗਾ ਪ੍ਰਕਾਸ਼ ਦੇਖ ਕੇ ਨਹੀਂ ਗਏ, ਅੱਖਾਂ ਬੰਦ ਕਰ ਲਈਆਂ ਐਟੋਮੈਟਿਕ ਹੀ, ਭਵ ਸਾਗਰ ਦੇ ਵਿੱਚ ਦੀ ਹੁੰਦਿਆਂ ਹੋਇਆਂ ਜਦੋਂ ਗਏ, ਅੱਗੋਂ ਮਾਲਕ ਨੇ ਭਵ ਸਾਗਰ ਵਿੱਚੋਂ ਕੱਢਿਆ, ਭਵ ਜਲ ਬਿਖਮਸ ਗਾ ਗੁਰ ਸ਼ਬਦੀ ਪਾਰ ਪਾਇਆ। ਭਵ ਸਾਗਰ ਕਾਹਦਾ, ਵਿਚਾਰਾਂ ਦਾ, ਫੁਰਨਿਆਂ ਦਾ, ਸੋਚਾਂ ਦਾ, ਫਿਕਰਾਂ ਦਾ, ਟੈਨਸ਼ਨਾਂ ਦਾ, ਜਦੋਂ ਪੈਣ ਲੱਗਦੇ ਹਾਂ ਸੋਚਾਂ ਘੁੰਮਦੇ ਰਹਿੰਦੇ ਹਾਂ, ਸੋਚਾਂ ਵਿੱਚ ਘੁੰਮਦੇ ਘੁੰਮਦੇ, ਕਦੀ ਥਿਰ ਹੋ ਕੇ ਪਏ, ਕਦੀ ਮਨ ਨੂੰ ਇੱਕ ਜਗ੍ਹਾ 'ਤੇ ਅਟਕਾ ਕੇ ਪਏ, ਉਹ ਟਿਕਾਉਣ ਦੇ ਲਈ ਵਿਧੀਆਂ ਨੇ, ਜੁਗਤੀਆਂ ਨੇ, ਗੁਰਬਾਣੀ ਦੇ ਵਿੱਚ ਦੱਸੀਆਂ ਹੋਈਆਂ ਨੇ, ਉਹ ਜੁਗਤੀ, ਉਹ ਵਿਧੀ ਗੁਰਬਾਣੀ ਦੇ ਮੁਤਾਬਕ ਤੁਸੀਂ ਲਾਓਗੇ, ਫਿਰ ਤੁਸੀਂ ਜਦੋਂ ਜਾਓਗੇ ਤੁਹਾਨੂੰ ਪਤਾ ਲੱਗੂ ਵੀ ਮਨ ਮੇਰਾ ਆਹ ਲੋਕ ਨੂੰ ਛੱਡ ਕੇ ਅੱਗੇ ਜਿੱਥੇ ਗਿਆ ਹੈ ਉੱਥੇ ਉਹਨੂੰ ਕੀ ਦੱਸਿਆ, ਫਿਰ ਉੱਥੇ ਪ੍ਰਕਾਸ਼ ਹੋਏਗਾ, ਕਿਸ ਤਰ੍ਹਾਂ ਦਿਨ ਚੜਿਆ ਹੋਏਗਾ, ਕਿਸ ਤਰ੍ਹਾਂ ਦਾ ਪ੍ਰਕਾਸ਼ ਹੋਏਗਾ ਜੀ, ਭਾਵੇਂ ਲਾਈਟ ਬੰਦ ਹੋਵੇ ਕਮਰੇ ਦੀ, ਹਨੇਰਾ ਹੀ ਹਨੇਰਾ ਹੋਵੇ, ਅਤੇ ਫਿਰ ਜਦੋਂ ਘਰੇ ਜਾਏਗਾ ਉੱਥੇ ਐਂ ਲੱਗੂ ਜਿਵੇਂ ਕਮਰੇ ਸਾਰੇ ਦੇ ਵਿੱਚ ਚਾਨਣੀ ਚਾਨਣ ਹੁੰਦਾ, ਇੰਨਾ ਪ੍ਰਕਾਸ਼ ਹੋ ਜਾਂਦਾ ਮਾਲਕ ਦਾ, ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਜਣਾਉਂਦਾ ਵੀ ਦੇਖੋ ਬੁੱਧ ਮੇਰਾ ਰੂਪ ਆਹ ਵਾ, ਜਿਨ੍ਹਾਂ 'ਤੇ ਖੁਸ਼ ਹੁੰਦਾ ਪ੍ਰਸੰਨ ਹੁੰਦਾ, ਰੂਪ ਨਾ ਰੇਖਣਾ ਰੰਗ ਕਿਸ਼ ਤ੍ਰੈ ਗੁਣ 'ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਪ੍ਰਸੰਨ ਮੀਨਜ ਖੁਸ਼ ਹੁੰਦਾ। ਹੁਣ ਗੁਰਮੁਖ ਪਿਆਰਿਓ, ਮਨ ਬੱਚਾ ਵੀ ਉਹੋ ਜਿਹਾ ਜਿਹੋ ਜਿਹਾ ਪਿਤਾ ਹੈ, ਮਨ ਵੀ ਪ੍ਰਕਾਸ਼ ਹੈ, ਜੋਤ ਹੈ, ਉਹ ਜੋਤ ਜਗਦੀ ਜੋਤ ਨਹੀਂ ਹੈ ਜਿਵੇਂ ਟਿਊਬ ਮੋਮਬੱਤੀ ਜਗਦੀ ਹੈ ਜਾਂ ਦੀਵੇ ਦੀ ਲੋ ਜਗਦੀ ਹੈ, ਹੈ ਨਾ, ਬੱਤੀ ਵਿੱਚ ਪਾਈ ਹੁੰਦੀ, ਇਸ ਤਰ੍ਹਾਂ ਦਾ ਨਹੀਂ ਹੈ। ਮਨ ਕਿਹੋ ਜਿਹਾ, ਛੋਟਾ ਜਿਹਾ ਜਿਵੇਂ ਇੱਕ ਹੀਰਾ ਹੋਵੇ, ਹੀਰੇ ਦੀ ਚਮਕ ਹੋਵੇ, ਇੰਨੀ ਤੇਜ਼ ਲਾਈਟ ਹੋਵੇ, ਉਹ ਆ ਮਨ। ਉਹ ਵੀ ਮਨ ਦੇ ਉੱਪਰ ਆਕਾਰ ਹੈ ਪੰਜਾਂ ਤੱਤਾਂ ਦਾ, ਮਨ ਦੇ ਉੱਪਰ ਆਕਾਰ ਹੈ ਪੰਜਾਂ ਤੱਤਾਂ ਦਾ, ਕਿਹੜਾ ਕਿਹੜਾ, ਪੌਣ, ਪਾਣੀ, ਅੱਗ, ਮਿੱਟੀ, ਆਕਾਸ਼, ਇਹ ਵੀ 5 ਤੱਤ ਪ੍ਰਕਾਸ਼ ਨੇ, ਅਤੇ ਮਨ ਵੀ ਪ੍ਰਕਾਸ਼ ਹੈ। ਇਹਨਾਂ 5 ਤੱਤਾਂ ਤੋਂ ਮਨ ਦਾ ਜਨਮ ਹੁੰਦਾ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ 5 ਤੱਤ 'ਤੇ ਜਨਮਾ, 5 ਤੱਤਾਂ ਤੋਂ। ਕਿਹੜੇ ਕਿਹੜੇ 5 ਤੱਤ ਨੇ, ਪੌਣ,
ਪੌਣ ਦੇ ਤੱਤ ਦਾ ਰੰਗ ਹੈ ਹਰਾ। ਪੌਣ ਦੇ ਤੱਤ ਦਾ ਰੰਗ ਕਿਹੜਾ ਜੀ? ਹਰਾ। ਪਾਣੀ, ਪਾਣੀ ਦੇ ਤੱਤ ਦਾ ਰੰਗ ਹੈ ਸਫੈਦ। ਪੌਣ, ਪਾਣੀ, ਅੱਗ, ਅੱਗ ਦੇ ਤੱਤ ਦਾ ਰੰਗ ਹੈ ਲਾਲ। ਪੌਣ, ਪਾਣੀ, ਅੱਗ, ਮਿੱਟੀ, ਮਿੱਟੀ ਦੇ ਤੱਤ ਦਾ ਰੰਗ ਹੈ ਪੀਲਾ। ਪੌਣ, ਪਾਣੀ, ਅੱਗ, ਮਿੱਟੀ, ਅੱਗੇ ਰਹਿ ਗਿਆ ਆਕਾਸ਼, ਆਕਾਸ਼ ਦੇ ਤੱਤ ਦਾ ਰੰਗ ਹੈ ਕਾਲਾ। ਇਹ ਪੰਜ ਤੱਤ, ਇਹਨਾਂ ਪੰਜਾਂ ਤੱਤਾਂ ਨੂੰ ਜਦੋਂ ਇਕੱਠਾ ਕੀਤਾ ਅਤੇ ਛੇਵਾਂ ਚਾਨਣ ਇੱਕ ਹੋਰ ਦਿਸਿਆ, ਉਹਨੂੰ ਮਨ ਕਹਿੰਦੇ ਆ। ਅਤੇ ਉਸ ਮਨ ਨੂੰ ਨੇਤਰਾਂ ਦੇ ਵਿੱਚ ਪਾਇਆ ਜਾਂਦਾ ਅਤੇ ਰਾਤ ਨੂੰ ਮਨ ਨੇਤਰਾਂ ਨੂੰ ਛੱਡ ਕੇ, ਸਰੀਰ ਨੂੰ ਛੱਡ ਕੇ, ਦੁਨੀਆਂ ਨੂੰ ਛੱਡ ਕੇ ਚਲਾ ਜਾਂਦਾ। ਜਿੰਨੀ ਦੇਰ ਸਵਾਸ ਗਿਣ ਕੇ ਦਿੱਤੇ ਨੇ ਮਨ ਨੂੰ, ਉੰਨੀ ਦੇਰ ਮਨ ਦਾ ਸਰੀਰ ਵਿੱਚ ਆਉਣਾ ਜਾਣਿਆ ਬਣਿਆ ਰਹੇਗਾ, ਸਰੀਰ ਵਿੱਚ ਆਏਗਾ। ਜਿੱਦਣ ਦਿੱਤੇ ਹੋਏ ਗਿਣਤੀ ਦੇ ਸਵਾਸ ਵਾਰੀ ਆਪੋ ਆਪਣੀ ਖਤਮ ਹੋ ਗਏ, ਸੰਸਾਰ ਤੋਂ ਸਾਰਿਆਂ ਨੇ ਜਾਣਾ ਹੈ, ਕਿਉਂਕਿ ਆਏ ਹਾਂ ਅਤੇ ਜਾਣਾ ਵੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਕੌਣ ਆਇਆ, ਕੌਣ ਚਲਾ ਜਾਂਦਾ? ਮਨ। ਇਹ ਸਰੀਰ ਨਹੀਂ ਜਾਂਦਾ, ਇਹ ਸਰੀਰ ਆਇਆ ਨਾਲ ਸੀ, ਮਨ ਦੇ ਨਾਲ ਇਹ ਬੋਡੀ ਨਾਲ ਆਈ ਸੀ, ਸਰੀਰ ਆਇਆ ਸੀ, ਲੇਕਿਨ ਜਾਣ ਲੱਗਿਆ ਸਰੀਰ ਨਹੀਂ ਗਿਆ ਨਾਲ, ਇਕੱਲਾ ਮਨ ਗਿਆ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨ ਨੂੰ ਜਗਾਓ। ਕਿਹਨੂੰ ਜਗਾਓ ਜੀ? ਮਨ ਨੂੰ ਜਗਾਓ। ਜਾਗਲੇ ਰੇ ਮਨਾ ਜਾਗਲੇ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਕਹਿੰਦੇ ਤਨ ਸੰਗ ਉਪਜਿਆ ਸੀ ਪਰ ਜਾਣ ਲੱਗਾ ਸੰਗ ਨਹੀਂ ਗਿਆ। ਦੇਖੋ ਮਨ ਸਰੀਰ ਛੱਡ ਕੇ ਚਲਾ ਗਿਆ, ਬਾਅਦ ਵਿੱਚ ਇਸ ਤਨ ਦਾ ਕੀ ਕੀਤਾ ਜੀ? ਆਪਾਂ ਸੰਸਕਾਰ ਕੀਤਾ, ਰਿਸ਼ਤੇਦਾਰ ਇਕੱਠੇ ਹੋ ਗਏ, ਸਿਵਿਆਂ 'ਚ ਲਿਜਾ ਕੇ ਲੱਕੜਾਂ ਰੱਖ ਲਈਆਂ, ਫਿਰ ਇਹ ਡੈੱਡ ਬੋਡੀ ਲਿਜਾ ਕੇ ਇਹਨੂੰ ਅਗਨ ਪਾਠ ਕਰ ਦਿੱਤਾ। ਇਹਦੀ ਗੱਲ ਨਹੀਂ ਚੱਲਦੀ ਗੁਰਬਾਣੀ 'ਚ, ਆ ਜੰਮ ਦੇ ਸਰੀਰ ਦੀ ਗੱਲ ਨਹੀਂ ਚੱਲਦੀ ਗੁਰਮੁਖੋ, ਮਨ ਦੀ ਗੱਲ ਚੱਲਦੀ। ਮਨ ਇੱਥੇ ਨੇਤਰਾਂ 'ਚ, ਇੱਥੋਂ ਤੁਸੀਂ ਕੁਛ ਲਿਖਣਾ ਹੋਵੇ ਅੱਖਾਂ ਤੋਂ ਦੇਖ ਕੇ ਐਂ ਲਿਖੋਗੇ, ਅੱਖਾਂ ਨਾਲ ਦੇਖੋਗੇ ਵੀ ਠੀਕ ਲਿਖ ਰਿਹਾ ਮੈਂ। ਇੱਥੋਂ